आनंद पया सुख पाया मिल गुर गोबिंदा, मिल गुर गोबिंदा। आनंद पया सुख पाया मिल गुर गोबिंदा, गुर गोबिंदा। सबे काज सवार है जा दुध पावंदा, जा दुध पावंदा। सबे काज सवार है जा दुध पावंदा, जा दुध पावंदा। सबे काज सवार है जा दुध पावंदा, सबे काज सवार है जा दुध पावंदा। सब कुछ मैनो सौ प्या जा तेरा बंदा, दुध सब कुछ मैनो सौ प्या जा तेरा बंदा। जा तू मेरे वल है ता क्या मुसंदा, जा तू मेरे वल है ता क्या मुसंदा। दुध सब कुछ मैनो सौ प्या जा तेरा बंदा, तेरा बंदा। तुझ सब कुछ मैनु सौंपया जा तेरा बंदा। वाहे गुरु। तो आईया हुई संगतां दा तहे दिल तो धन्नवाद, जो कि समूह यूके दा मीडिया सिख चैनल खास तौर पर जो कि ये प्रोग्राम लाइव पेश करना कर रहे ने, और साढ़े वख वख अखबार समाज वीकली तो दविंदर चंदड़ और साढ़े रणजीत आनंद साहेब, जो कि विशेष तौर पर यह मीडिया कवर करने वास्ते तो सारिया अखबारों देश प्रदेश आवाजे कौम तिना दे सब एडिटर साहेब पहुँचे ने। सारिया का इस दरबार विखे निघा स्वागत किया जाता है। गुरु परि सत्संग की इतनी सेवा प्रवान करनी, कीर्तन करद अनेक तरह दुल्ह हो जाए अणजाण बचे हाँ, क्योंकि गुरु महाराज और आप सत्संग बख्शन योग हो। तो अगला प्रोग्राम साढ़े सिकत्र साहब दसन गए, तो सारे संगतान ने एक बार गज बज के फतेह बुला, क्योंकि प्रोग्राम लाइव हम शुरू होगा टीवी तो सारिया संगत गज बज के फतेह बुलाओ जी। वाहेगुरु जी का खालसा, वाहेगुरु जी की फतेह। ਤਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸਰਦਾ ਲਾਏ। ਪਰਮ ਸਤਿਕਾਰਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਓ ਆਪਾਂ ਥੋੜ੍ਹਾ ਜਿਹਾ ਪਿੱਛੇ ਨੂੰ ਫਿਰ ਚਲੇ ਜਾਈਏ, ਤਾਂ ਜੋ ਅੱਜ ਦਾ ਪ੍ਰੋਗਰਾਮ ਮਹਾਨ ਕੀਰਤਨ ਦਰਬਾਰ, ਇਹ ਮੈਂ ਤੁਹਾਨੂੰ ਵਾਰ ਦੁਆਰ ਇਸ ਕਰਕੇ ਦਵਾ ਰਿਹਾ ਕਿ ਲਾਈਵ ਪ੍ਰੋਗਰਾਮ ਸਟਾਰਟ ਹੋ ਚੁੱਕਾ ਹੈ, ਤਾਂ ਜੋ ਦੇਸ਼ਾਂ ਪ੍ਰਦੇਸ਼ਾਂ ਅਤੇ ਯੂਰਪ ਕੰਟਰੀ ਦੇ ਵਿੱਚ ਬੈਠੀਆਂ ਸੰਗਤਾਂ ਇਹ ਮਹਾਨ ਕੀਰਤਨ ਦਰਬਾਰ ਦਾ ਲਾਹਾ ਲੈ ਸਕਣ। ਇਹ ਮਹਾਨ ਕੀਰਤਨ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਸੰਤ ਮਹਾਂਪੁਰਸ਼ ਬਾਬਾ ਲਖਵੀਰ ਸਿੰਘ ਜੀ ਦੀ ਯਾਦ ਵਿੱਚ ਕਵੈਂਟਰੀ ਬੇਟਨ ਰੋਡ ਦੀਆਂ ਪਿਆਰੀਆਂ ਪਿਆਰੀਆਂ ਸੰਗਤਾਂ ਵੱਲੋਂ ਬੜੀ ਪਿਆਰ ਅਤੇ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। सब तो पहला लाइव चैनल जो कि सिख चैनल साढ़े सिख कौम का पहला चैनल है, देशों प्रदेशों के लाइव चैनल जो कि कवरेज करके देशों प्रदेश सिख संगतों को कीर्तन दरबार दी झड़ियां ला के कवरेज करके सब संगतों को बैठिया हुई यूरोप के कैंट्री कैन पिछे भी बैठिया ने संगतों को सब श्रद्धा के भाव नाल दिखाया जा रहा है। सिख चैनल वालों इस महान कीर्तन दरबार की लाइव टैलीकास्ट किया जा रहा है, जो कि यूरोप और होर देशों में बैठिया सब संगतां कथा कीर्तन का लाहा लै रही ने, इन्हां दा बहुत बहुत धन्यवाद। आओ इस महान कीर्तन दरबार की लड़ी नूं होर अगे तुरदे हुए मैं बेनती करना ज्ञानी गुरदीप सिंह जी राजपुरे वाले नूं 15 मिनट लई आप जी नूं कथा राही निहाल करनगे, उन्हां तों बाद अगला प्रोग्राम दस्या जाएगा। वाहिगुरु जी का खालसा, वाहिगुरु जी की
ਫਤਿਹ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ, ਜਿਉਂ ਬੁਲਾਵੇ ਹੈ ਤਿਉਂ ਬੋਲੈ ਸੁਆਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਤਾ ਦੇ ਯੋਗ ਹੋ ਜੋ ਕਿ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕਰਕੇ ਜੀਵਨ ਦੇ ਕੁਝ ਕੁ ਸਮੇਂ ਨੂੰ, ਜੀਵਨ ਦੀਆਂ ਕੁਝ ਕੁ ਘੜੀਆਂ ਨੂੰ ਸਫਲ ਬਣਾਉਣ ਦਾ ਇੱਕ ਯਤਨ ਉਪਰਾਲਾ ਕਰਦੇ ਪਏ ਹੋ। ਅੱਜ ਦੇ ਇਹ ਖਾਸ ਦੀਵਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਅਤੇ ਸਰਬੱਤ ਦੇ ਭਲੇ ਨੂੰ ਅਤੇ ਬਾਬਾ ਲਖਮੀਰ ਸਿੰਘ ਜੀ ਉਹਨਾਂ ਦੀ ਬਰਸੀ ਨੂੰ ਸਮਰਪਿਤ ਨੇ। ਸੋ ਆਓ, ਜਿਤਨਾ ਕੁ ਸਮਾਂ ਮਿਲਿਆ ਗੁਰਮਤਿ ਵਿਚਾਰਾਂ ਦੇ ਨਾਲ, ਗੁਰਬਾਣੀ ਵਿਚਾਰਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਆਪ ਜੀ ਨੇ ਪਹਿਲਾਂ ਗੁਰੂ ਸਵਾਰੀਆਂ ਤੋਂ ਸਤਿਕਾਰਯੋਗ ਗੁਰੂ ਕੇ ਰਾਗੀ ਸਿੰਘਾਂ ਪਾਸੋਂ ਬੜੇ ਹੀ ਪਿਆਰ ਦੇ ਨਾਲ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸੋ ਆਓ, ਗੁਰਮਤਿ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਬਖਸ਼ੋ ਅਸੀਸ, ਪਾਓ ਗੁਰਫਤਿਹ ਨਾਲ ਸਾਂਝ, ਪਿਆਰ ਅਦਬ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੇ ਅੰਦਰ ਸਮੇਂ ਸਮੇਂ 'ਤੇ ਵੱਖ ਵੱਖ ਰਹਿਬਰ ਆਏ, ਵੱਖ ਵੱਖ ਪੈਗੰਬਰ ਆਏ ਅਤੇ ਸਮਾਂ ਪਾ ਕਰਕੇ ਚਲੇ ਗਏ। ਇਸਲਾਮ ਧਰਮ ਦੇ ਅੰਦਰ ਹਜ਼ਰਤ ਮੁਹੰਮਦ ਸਾਹਿਬ ਆਏ, ਸਮਾਂ ਪਾ ਕਰਕੇ ਚਲੇ ਗਏ। ਈਸਾ ਮਸੀਹ ਜੀ ਆਏ, ਉਹ ਵੀ ਦੁਨੀਆ ਤੋਂ ਸਮਾਂ ਪਾ ਕਰਕੇ ਚਲੇ ਗਏ। ਹਿੰਦੂ ਧਰਮ ਦੇ ਅਵਤਾਰ ਆਏ, ਉਹ ਵੀ ਸਮਾਂ ਪਾ ਕਰਕੇ ਦੁਨੀਆ ਤੋਂ ਕੂਚ ਕਰ ਗਏ। ਪਰ ਸਿੱਖੀ ਦੇ ਅੰਦਰ 10 ਗੁਰੂ ਸਾਹਿਬਾਨ ਆਏ ਨੇ, ਉਹ ਕੇਵਲ ਤਾਂ ਕੇਵਲ ਤਨ ਕਰਕੇ ਗਏ ਨੇ, ਮਗਰ ਉਹਨਾਂ ਦੀ ਜੋਤ ਅੱਜ ਵੀ ਇੱਥੇ ਸੁਭਾਈਮਾਨ ਹੈ। ਆਪਾਂ ਬਚਨ ਪੜ੍ਹਦੇ ਹਾਂ, 10 ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। 10 ਗੁਰੂ ਸਾਹਿਬਾਨ ਆਏ, ਕੇਵਲ ਤਾਂ ਕੇਵਲ ਤਨ ਕਰਕੇ ਗਏ ਨੇ, ਪਰ ਉਹਨਾਂ ਦੀ ਜਿਹੜੀ ਜੋਤ ਅੱਜ ਵੀ ਇੱਥੇ ਸੁਭਾਈਮਾਨ ਹੈ। ਗੁਰੂ ਨਾਨਕ ਸਾਹਿਬ ਤੁਰੇ, ਉਹਨਾਂ ਨੇ ਵੱਖ ਵੱਖ ਥਾਵਾਂ 'ਤੇ ਜਾ ਕਰਕੇ ਸੱਚ ਦਾ ਪ੍ਰਚਾਰ ਕੀਤਾ। ਜਦੋਂ ਉਹਨਾਂ ਨੇ ਸੱਚ ਦਾ ਪ੍ਰਚਾਰ ਕੀਤਾ ਅਤੇ ਜਿੱਥੇ ਵੀ ਉਹਨਾਂ ਨੂੰ ਨਜ਼ਰ ਪਿਆ, ਜਿੱਥੇ ਵੀ ਉਹਨਾਂ ਨੂੰ ਆਹ ਗੱਲ ਨਜ਼ਰੀ ਪਈ ਵੀ ਇੱਥੇ ਕੋਈ ਕਲਾਮ ਹੈ ਜੋ ਮੇਰੀ ਵਿਚਾਰਧਾਰਾ ਦੇ ਨਾਲ ਮੇਲ ਖਾਂਦਾ ਹੈ, ਸਾਹਿਬ ਨੇ ਉੱਥੇ ਜਾ ਕਰਕੇ ਆਖਿਆ ਆ ਰੱਬੀ ਕਲਾਮ ਮੇਰੀ ਝੋਲੀ ਵਿੱਚ ਪਾਇਆ ਜਾਏ। ਸਤਿਗੁਰੂ ਮੁਲਤਾਨ ਗਏ, ਵੇਖਦੇ ਨੇ ਬਾਬਾ ਫਰੀਦ ਸਾਹਿਬ ਜੀ, ਉਹਨਾਂ ਦਾ ਕਲਾਮ, ਹਜ਼ੂਰ ਨੇ ਆਖਿਆ ਮੇਰੀ ਝੋਲੀ ਵਿੱਚ ਪਾਇਆ ਜਾਏ। ਸਤਿਗੁਰੂ ਜੇਕਰ ਬਨਾਰਸ ਦੀ ਧਰਤੀ 'ਤੇ ਪਹੁੰਚੇ ਨੇ, ਸਹਿ ਵੇਖਦੇ ਨੇ ਬਾਬਾ ਕਬੀਰ ਸਾਹਿਬ, ਸਹਿ ਵੇਖਦੇ ਨੇ ਭਗਤ ਰਵਿਦਾਸ ਜੀ, ਉਹਨਾਂ ਦੀ ਬਾਣੀ, ਅਤੇ ਸਾਹਿਬ ਨੇ ਆਖਿਆ ਵੀ ਆਹ ਕਲਾਮ ਮੇਰੀ ਝੋਲੀ ਵਿੱਚ ਪਾਇਆ ਜਾਏ। ਸਤਿਗੁਰੂ ਜੇਕਰ ਬੰਗਾਲ ਦੀ ਧਰਤੀ 'ਤੇ ਪਹੁੰਚੇ, ਵੇਖਦੇ ਨੇ ਭਗਤ ਤ੍ਰਿਲੋਚਨ ਜੀ, ਸਾਹਿਬ ਨੇ ਆਖਿਆ ਇਹ ਕਲਾਮ ਭਗਤ ਤ੍ਰਿਲੋਚਨ ਜੀ ਦੀ ਜਿਹੜੀ ਬਾਣੀ ਹੈ ਮੇਰੀ ਝੋਲੀ ਵਿੱਚ ਪਾਈ ਜਾਏ। ਗੁਰੂ ਸਾਹਿਬਾਨ, ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਗਏ, ਉਹਨਾਂ ਨੇ ਵੱਖ ਵੱਖ ਭਗਤਾਂ ਦੀ ਬਾਣੀ ਕੁਲੈਕਟ ਕੀਤੀ, ਮਾਨੋ ਸਤਿਗੁਰਾਂ ਨੇ ਮੋਤੀ ਇਕੱਤਰ ਕੀਤੇ ਨੇ। ਅਤੇ ਜਦੋਂ 5ਵੇਂ ਪਾਤਸ਼ਾਹ ਦਾ ਸਮਾਂ ਆਇਆ ਅਤੇ ਸਤਿਗੁਰਾਂ ਨੇ ਉਹਨਾਂ ਮੋਤੀਆਂ ਦੀ ਇੱਕ ਮਾਲਾ ਬਣਾ ਦਿੱਤੀ। ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਵੱਖ ਵੱਖ ਮੋਤੀ ਇਕੱਤਰ ਕਰ ਗਏ ਅਤੇ 5ਵੇਂ ਪਾਤਸ਼ਾਹ ਜੀ ਨੇ ਉਹਨਾਂ ਮੋਤੀਆਂ ਦੀ ਇੱਕ ਮਾਲਾ ਇਕੱਤਰ ਕਰ ਦਿੱਤੀ, ਭਾਵ ਕਿ ਬਾਣੀ ਨੂੰ ਇਕੱਠਾ ਕਰ ਦਿੱਤਾ। ਬੀੜ ਦੇ ਅਰਥ ਕੀ ਨੇ?
भाई साहब भाई कान सिंह नाभा जी ने महान कोश के अंदर जिहड़े बीड़ दे अर्थ किए ने, बीड़ का अर्थ है बनना। बाणी पहला पोथियां दे विच ते उन्हां पोथियां नूं बन के एक बीड़ तैयार की गई जिन्हों आख्या गया धन गुरु ग्रंथ साहिब जी। हुण उन्हां भगतां नूं इस बाणी दे विच थां मिली जिन्हां नूं मंदरां दे विच धक्के पैंदे ने। भगत नामदेव जी जिन्हां नूं धक्के पए रब की इबादत वास्ते जदों मंदिर दे विच जा रहे ने, पुजारियां ने धक्के मार के बाहर कढ़िया। जदों पुजारियां ने धक्के मार के बाहर कढ़िया एक विद्वान सज्जन ने बहुत सोहनी वार्ता का जिक्र किया। कहन लगे भगत नामदेव जी दीआं रब नाल गल्लां होईआं, रब नाल गल्लां होईआं ते भगत नामदेव जी ने रब नूं ताना मारिया भी रब्बा अज मैं तेरे मंदिर गया सां ते मैनूं धक्के पए ने। रब कहन लगा तूं कित्थे गया सी? ते भगत नामदेव जी कहिंदे जी मैं तुहाडे मंदिर गया सां। ते रब हस के कहन लगा ओ भलिया, उस मंदिर दे विच अज तक पुजारियां ने मैनू नहीं वड़न दिता ते तेनों किवें वड़न देणगे। मन नूं फिर रब ने एक संकेत दिता, नामदेव अज तेनों मंदिर दे विच धक्के पए ने, कोई समा आएगा मैं तेनों अजिही थां ते स्थापित कर देवांगा कि दुनिया की कोई भी ताकत तेनों उस थां तों हिला नहीं सकेगी। गुरु अर्जुन देव सच्चे पातशाह का समा आया, वो जिहड़ी बाणी एक थान ते एकत्र कीती गई, बीड़ बनी गई, 1601 दे विच आरंभता हुई, 1604 दे विच धन गुरु ग्रंथ साहिब जी का पहला प्रकाश दरबार साहिब विखे होया। दास कई बार बेनती करता हुंदा भी दुनिया के अंदर मंत्र बड़े ने पर मूल मंत्र केवल तो केवल एक है। दुनिया के अंदर मंदिर बड़े ने पर हरिमंदर साहब केवल तो केवल एक है। दुनिया के विच ग्रंथ बड़े ने पर गुरु ग्रंथ साहिब जी केवल तो केवल एक है। जदों दसम पातशाह का समा आया तो दसम पातशाह जी जदों जान लगे, भाई केसर सिंह छिंबर वो लिखते ने, सिख पुछते ने सतगुरु तुसी जा रहे हो सानू किंदे लड़ ला के जा रहे हो? तो उस वक्त सिख सवाल करते ने, यह जो तेरी संगत तिसदा की हवाल? सिख पुछते सतगुरु तुसी जा रहे हो किंदे लड़ ला के जा रहे हो? साहब ने आख्या सी सिख पुछते ने यह जो तेरी संगत तिसदा की हवाल? साहब आखते ने ग्रंथ है गुरु लड़ पकड़ो अकाल। साहब कहिंदे गुरु ग्रंथ साहब दे लड़ लग्यो। अज पहला प्रकाश दिवस मनाया जा रहा है। हुण वेख्या जाए हर साल असी प्रकाश दिवस मनाउंदे आ। प्रकाश दिवस मनाना बहुत जरूरी है। बाबाणियां कहानियां पुत सपुत करेन ते दास एक अदीब दे बोल भी नाल अर्ज करदा जाए। वो अदीब लिखदा जिनके दिन मनाते हो उनको जान भी लो, जिनके दिन मनाते हो उनको जान भी लो, जिनके दिन मनाते हो उनकी मान भी लो। अज धन गुरु ग्रंथ साहिब का पहला प्रकाश दिवस आपां मना रहे हाँ ते एक प्रण करके जाइए भी सतगुरु तेरे दर ते आए हाँ, अज तू बाद नितनेम साडा शुरू होएगा। जेकर नहीं करते साहब जी अज तू बाद जपजी साहब का पाठ असी शुरू करांगे। दास कई बार बेनती करता हुंदा, कई सज्जन आखदे जी असी बाणी ते पढ़ते हाँ पर असर कोई नहीं हुंदा। गुरु कलगीधर पातशाह दे दरबार विच एक सिख ने अजिहा कीता सी सवाल। सिख खड़ा होया कहन लगा सतगुरु बाणी मैं रोज पढ़ता हाँ, जिस बाणी नूं तुसी गुरु आखदे हो बाणी गुरु गुरु है बाणी, विच बाणी अमृत सारे, गुरु बाणी कह सेवक जन मानै प्रतख गुरु निस्तारे। मैं बाणी जरूर पढ़ता वा पर असर कोई नहीं हुंदा। शायद हो सकता आप दे विचू बड़े सज्जन होण जो सवाल करदे होण जी असी बाणी पढ़ते हाँ पर असर कोई नहीं। जदों सिख ने किया सवाल, गुरु कलगीधर पातशाह कहन लगे भाई सिखा पहला तू मेरी गल का जवाब दे। एक बंदे नूं बड़े जोरां दी प्यास लगी, उन्हूं बड़े जोरां दी प्यास लगी ते उन्हूं पानी का प्याला देकर की आखी भी सजना भी आ जिहड़ा तू प्याला पानी का केवल तो केवल पीना नहीं, कुरली करके बाहर सुट देनी है, पानी की कुरली करनी पानी नूं बाहर सुटना। मैनू दसेंगा भी उस बंदे की प्यास दूर हो सकती है? जदों साहब जी ने आ गल आखी तो सिख कहन लगा सतगुरु एक बंदे नूं प्यास लगी, जेकर वह पानी की कुरली करके पानी नूं बाहर सुटता है उनकी प्यास कभी भी दूर नहीं हो सकती।
साहब आखन लगे पानी उदों असर करता जदों पानी गले तो थले उतर के शरीर विच जाए ते बाणी उदों असर करती है जदों बाणी कंठ तो थले उतर के हिरदे विच वसे। बाणी उदों असर करती है साहब कहिंदे केवल तो केवल पढ़न तक सीमित ना रहा जे बाणी नूं। बाणी उदों असर करेगी जदों कंठ दे कंठ तो उतर के हिरदे विच वसेगी। जदों भी गुरु दरबार दे विच आना सिख ने तीन सस्यां दा ख्याल रखना, पहले नंबर ते सस्सा सुनना। गुरु दर ते आ करके पहली गल आपां ने सुनना है, नंबर दो ते सस्सा समझना, जो सुनिया आपां ने समझना, ते नंबर तीन ते सस्सा समाउणा। जो गुरु तू सुनिया जो गुरु तू समझिया उहदे विच समा जाणा है। सतगुरु कृपा करन तां जिहड़ा साडा प्रकाश दिवस मनाया सफल है। नंबर दो ते सरबत दा भला, धर्म जिहड़ा सिधांतां दा नां है, धर्म कोई भेख दा नां नहीं, धर्म सिधांतां दा नां है। सतगुरां ने कृपा कीती सिखी दे विच बड़े सिधांत ने, किरत करो नाम जपो वंड छको, पराया हक नहीं मारना, निंदिया चुगली नहीं करनी, एक सिख धर्म दा सिधांत है सरबत दा भला। अरदास ते ओ बोल पढ़दे हाँ ते बेनती करां अरदास ते ओ बोल सानूं गुरबाणी दे विचों प्राप्त होए ने। ਕਿਹੜਾ ਸਿਧਾਂਤ ਸਰਬੱਤ ਦੇ ਭਲੇ ਦਾ ਸਿਧਾਂਤ ਸਾਨੂੰ ਗੁਰਬਾਣੀ ਵਿੱਚ ਮਿਲਦਾ ਪਿਆ, ਉਹ ਕਿਵੇਂ? ਜਦੋਂ ਬਚਨ ਪੜ੍ਹਦੇ ਹਾਂ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ। ਗੁਰਬਾਣੀ ਦੇ ਇਸ ਨੁਕ ਤੇ ਤੂੰ ਸਿੱਖੀ ਵਿੱਚ ਸਿਧਾਂਤ ਪੈਦਾ ਹੋਇਆ ਸਰਬੱਤ ਦੇ ਭਲੇ ਦਾ। ਹੁਣ ਸਰਬੱਤ ਦਾ ਭਲਾ ਕੌਣ ਮੰਗ ਸਕਦਾ ਹੈ? ਜਿਹਦੇ ਕੋਲ ਨਾਮ ਹੋਏਗਾ ਉਹਦੀ ਚੜ੍ਹਦੀ ਕਲਾ ਹੋਵੇਗੀ, ਕਿਉਂਕਿ ਨਾਮ ਵਿੱਚ ਚੜ੍ਹਦੀ ਕਲਾ ਹੈ। ਜਿਹਦੇ ਕੋਲ ਨਾਮ ਹੋਏਗਾ ਉਹਦੀ ਚੜ੍ਹਦੀ ਕਲਾ ਹੋਏਗੀ, ਤੇ ਉਹੀ ਬੰਦਾ ਆਖੇਗਾ ਰੱਬਾ ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਜਿਹਦੇ ਕੋਲ ਨਾਮ ਨਹੀਂ, ਜਿਹਦੇ ਕੋਲ ਚੜ੍ਹਦੀ ਕਲਾ ਨਹੀਂ, ਉਹ ਬੰਦਾ ਸਰਬੱਤ ਦਾ ਕੀ, ਉਹ ਬੰਦਾ ਆਪਦੇ ਸਖੀਆਂ ਦਾ ਭਲਾ ਵੀ ਨਹੀਂ ਮੰਗ ਸਕਦਾ। ਜਿਹਦੇ ਕੋਲ ਨਾਮ ਨਹੀਂ, ਜਿਹਦੇ ਕੋਲ ਚੜ੍ਹਦੀ ਕਲਾ ਨਹੀਂ, ਸਤਿਗੁਰ ਕਿਰਪਾ ਕਰਨ। ਸਮੇਂ ਦੀ ਸਮਾਪਤੀ ਹੈ, ਕੇਵਲ ਤਾਂ ਕੇਵਲ 15 ਕੁ ਮਿੰਟ ਮਿਲੇ ਸਨ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਸਾਰਿਆਂ 'ਤੇ ਕਿਰਪਾ ਕਰਨ, ਗੁਰਮਤਿ ਦੀ ਜਿਤਨੀ ਕੁ ਵਿਚਾਰ ਹੋਈ ਸਾਡੇ ਹਿਰਦੇ ਵਿੱਚ ਵਸੇ, ਤਾਂ ਜੋ ਸਾਡਾ ਇੱਥੇ ਬੈਠ ਕੇ ਕਹਿਆ ਅਤੇ ਸੁਣਿਆ ਸਫਲ ਹੋ ਸਕੇ। ਅੰਤ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ, ਆਪ ਸਰਬੱਤ ਸੰਗਤਾਂ ਦਾ ਧੰਨਵਾਦ, ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਦਾ, ਰਾਗੀ ਸਾਹਿਬਾਨਾਂ ਦਾ, ਗ੍ਰੰਥੀ ਸਾਹਿਬਾਨਾਂ ਦਾ ਧੰਨਵਾਦ, ਭਾਈ ਜਗੀਰ ਸਿੰਘ ਜੀ, ਭਾਈ ਨਵਦੀਪ ਸਿੰਘ ਅਮਨ, ਸਰਦਾਰ ਤੇਜਾ ਸਿੰਘ ਜੀ ਜੋਲ, ਵੀਰ ਹਰਬਲਜੀਤ ਸਿੰਘ ਜੀ ਅਤੇ ਸਮੂਹ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਅੰਤ ਵਿੱਚ ਭੁੱਲਾਂ ਚੁੱਕਾਂ ਦੀ ਖਿਮਾ, ਗੱਜ ਵੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਗੁਰਦੀਪ ਸਿੰਘ ਜੀ ਰਾਜਪੁਰੇ ਵਾਲਿਆਂ ਦਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਜਿੰਨਾ ਚਿਰ ਭਾਈ ਸਾਹਿਬ ਆਪਣੇ ਸਾਜ ਸੈੱਟ ਕਰ ਰਹੇ ਨੇ, ਅਗਲਾ ਜਥੇ ਮੈਂ ਬੇਨਤੀ ਕਰਨਾ ਸਟੇਜ 'ਤੇ ਆ ਜਾਣ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸੇਵਾ ਉਹਦੀ ਹੀ ਸਫਲ ਹੋਣੀ ਹੈ ਇਸ ਗੁਰੂ ਘਰ ਦੇ ਵਿੱਚ, ਜਿਹੜਾ ਮਨ ਕਰਕੇ ਇਕਾਗਰ ਕਰਕੇ ਚਿੱਤ ਕਰਕੇ ਸੇਵਾ ਕਰਦਾ ਹੈ ਇਸ ਗੁਰੂ ਘਰ ਦੇ ਵਿੱਚ, ਸੇਵਾ ਉਹਦੀ ਹੀ ਸਫਲ ਹੁੰਦੀ। ਮਨ ਕਿਤੇ ਹੋਰ ਹੋਵੇ, ਕਾਰ ਵਿਕਾਰਾਂ ਦੇ ਵਿੱਚ, ਕੰਮਾਂ ਦੇ ਵਿੱਚ ਹੋਵੇ ਅਤੇ ਗੁਰਦੁਆਰਾ ਸਾਹਿਬ ਆ ਕੇ ਭਾਂਡੇ ਮਾਂਜੀ ਜਾਵੇ, ਲੰਗਰ ਪਕਾਈ ਜਾਵੇ, ਮਨ ਕਿਤੇ ਹੋਰ ਹੈ, ਸੇਵਾ ਸਫਲ ਨਹੀਂ ਹੁੰਦੀ। ਸੇਵਾ ਤਾਂ ਹੀ ਸਫਲ ਹੋ ਸਕਦੀ ਹੈ ਜੇ ਮਨ ਇਕਾਗਰ ਆ ਕੇ, ਮਨ ਦੋ ਚਿੱਤੀ 'ਚ ਨਾ ਹੋਵੇ, ਗੁਰੂ ਦੇ ਚਰਨਾਂ ਵਿੱਚ ਲਾ ਕੇ ਮਨ ਇੱਕ ਕਰਕੇ ਸੇਵਾ ਕਰੇ ਤਾਂ ਸੇਵਾ ਤਾਂ ਹੀ ਸਫਲ ਹੁੰਦੀ ਹੈ। ਲਓ ਕੀਰਤਨ ਦਰਬਾਰ ਦੀ ਲੜੀ ਨੂੰ ਹੋਰ ਅੱਗੇ ਤੋਰਦੇ ਹੋਏ ਮੈਂ ਇੱਕ ਬੇਨਤੀ ਕਰਦਿਆਂ, ਪ੍ਰਬੰਧਕ ਸਾਹਿਬਾਨਾਂ ਵੱਲੋਂ ਇਹ ਬੜਾ ਪਿਆਰਾ ਪ੍ਰੋਗਰਾਮ ਲੀਕਿਆ ਗਿਆ ਹੈ। ਤੁਸੀਂ ਦੇਖਦੇ ਕਿੰਨੀਆਂ ਲਾਈਟਾਂ ਵਗੈਰਾ ਲਾਈਆਂ, ਬੜੇ ਪਿਆਰ ਅਤੇ ਸ਼ਰਧਾ ਦੇ ਨਰਾਤ ਸੇਵਾਦਾਰਾਂ ਨੇ ਸੇਵਾ ਕੀਤੀ ਹੈ। ਉਹਨਾਂ ਵੱਲੋਂ ਬੇਨਤੀ ਹੈ ਕਿ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾ ਰਿਹਾ, ਜਿਨ੍ਹਾਂ ਸੰਗਤਾਂ ਨੇ ਪਿਆਰ ਦੇ ਨਾਲ ਛਕਣਾ ਹੋਵੇ, ਲੋੜ ਅਨੁਸਾਰ ਛਕਣਾ ਹੋਵੇ, ਗੁਰਦੁਆਰਾ ਸਾਹਿਬ ਵਿਖੇ ਲੰਗਰ ਚੱਲ ਰਿਹਾ, ਉੱਥੇ ਜਾ ਕੇ ਜਲੇਬੀਆਂ ਵੀ ਤਿਆਰ ਨੇ, ਚਾਹ ਵੀ ਬੜੀ ਗਰਮ ਗਰਮ ਤਿਆਰ ਹੈ, ਮੌਸਮ ਵੀ ਬੜਾ ਗਰਮ ਹੈ ਅਤੇ ਠੰਡਾ ਵੀ ਹੈ, ਅੰਦਰ ਆਓਗੇ ਗਰਮ ਅਤੇ ਬਾਹਰ ਜਾਓਗੇ ਠੰਡਾ, ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਚਾਹ ਦਾ ਲੰਗਰ ਤਿਆਰ ਹੈ, ਗਰਮ ਗਰਮ ਚਾਹ ਪੀਓ ਅਤੇ ਮਿੱਠੀਆਂ ਮਿੱਠੀਆਂ ਜਲੇਬੀਆਂ ਖਾਓ ਅਤੇ ਗੁਰੂ ਦਾ ਲੰਗਰ ਛੱਕ ਕੇ ਫਿਰ ਪੰਡਾਲ ਵਿੱਚ ਆਓ। ਕਿ ਪ੍ਰਬੰਧਕ ਸਾਹਿਬਾਨਾਂ ਵੱਲੋਂ ਬੜੇ ਪਿਆਰ ਅਤੇ ਸ਼ਰਧਾ ਨਾਲ ਬੇਨਤੀ, ਹੱਥ ਜੋੜ ਕੇ ਕਿ ਗੁਰੂ ਦਾ ਲੰਗਰ ਤੁੱਟ ਵਰਤ ਰਿਹਾ, ਸਭ ਸੰਗਤਾਂ ਨੇ ਗੁਰੂ ਦਾ ਲੰਗਰ ਲੋੜ ਅਨੁਸਾਰ ਛਕਣਾ, ਲਾਓ
कीर्तन दरबार की लड़ी होर अगे तुरते हुए भाई साहब भाई महेंद्र सिंह जी हमदर्द भाई साहब भाई सुरजीत सिंह जी कोमल मैं उन्होंने बेनती करना अद्धे घंटे वास्ते कीर्तन सुना के संगत निहाल कर। वाहेगुरु जी का खालसा वाहेगुरु जी की फतेह।
इन में थाप निवाजे ठाकुर खेल में थाप ताप निवाजे ठाकुर निज गीत ते करे जजंगा निज गीत ते कर जजंगा ते से सदके तू ही बसे सदके संगा तू ही कब हूँ न बिसीरे ही मोरे